ਲੋਕਡਾਊਨ ਦਾ ਐਲਾਨ ਹੋਇਆ, ਉਸ ਤੋਂ ਬਾਅਦ ਟਰਾਂਸਪੋਰਟ ਇੱਕਦਮ ਰੁਕ ਗਈ, ਬੱਸਾਂ ਰੁਕ ਗਈਆਂ, ਫੈਕਟਰੀਆਂ ਬੰਦ ਹੋ ਗਈਆਂ, ਮੁੰਡੇ ਜਿਹੜੇ ਕੰਮ ਕਰਦੇ ਸੀ ਉੱਥੇ ਫਸ ਕੇ ਰਹਿ ਗਏ, ਰੋਟੀ ਪਾਣੀ ਦੀ ਕਿੱਲਤ ਆ ਗਈ। ਮੇਰੇ ਨਾਲ ਕੁਝ ਇਹੋ ਜਿਹੇ ਮੁੰਡੇ ਮੌਜੂਦ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਨੇ, ਦਿੱਲੀ ਦੇ ਵਿੱਚ ਕੰਮ ਕਰਦੇ ਸੀ ਪਰ ਹੁਣ ਇੱਕਦਮ ਰੁਕ ਗਿਆ ਕੰਮ, ਟਰਾਂਸਪੋਰਟ ਰੁਕ ਗਈ, ਕਿੱਥੇ ਜਾਣ? ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਛਣ ਲਈ ਹੋਈ ਹੈ ਨਾ, ਗੱਲਬਾਤ ਵੀ ਕਰਾਂਗੇ। ਤੁਸੀਂ ਬਾਜੀ ਕਿੱਥੇ ਤੋਂ? ਰਣਜੀਤ ਸਿੰਘ ਤਰਨ ਤਾਰ ਤੋਂ। ਕਿਹਦੇ 'ਚ ਕੰਮ ਕਰਦੇ ਤੁਸੀਂ, ਕੀ ਹੋਇਆ ਸੀ? ਇੱਕਦਮ ਲੰਟੀ ਦੇ ਵਿੱਚ ਕੰਮ ਕਰਦੇ ਪਏ ਸੀਗੇ ਜੀ, ਅਤੇ ਇੱਕ ਦਿਨ ਦਾ ਲੋਕਡਾਊਨ ਆਏ ਤਾਂ ਭੁਲੇਖੇ ਰਹਿ ਗਏ, ਤੋਂ ਬਾਅਦ 'ਚੋਂ ਲੰਬਾ ਲੋਕਡਾਊਨ ਹੋ ਗਿਆ, ਨਾ ਕੋਈ ਜਾਣੇ ਕੇ ਲਈ ਸਾਧਨ, ਨਾ ਆਉਣੇ ਲਈ, ਤਾਂ ਫਿਰ ਖਾਣੇ ਪੀਣੇ ਤੋਂ ਵੀ ਤੰਗ ਹੋ ਰਹੇ ਸਾਰੇ। ਅਤੇ ਪੈਸੇ ਪੈਸੇ ਤਾਂ ਕੰਪਨੀ ਦਿੱਤੇ ਕਿ ਨਹੀਂ ਦਿੱਤੇ? ਪੇਮੈਂਟ ਤਾਂ ਇੱਕ ਆ ਗਈ ਸਾਰਿਆਂ ਦੀ ਆ ਗਈ ਜੀ, ਪਰ ਉਹਦਾ ਖਾਣ ਪੀਣ ਦਾ ਪੈਂਦਾ? ਹਾਂਜੀ, ਖਾਣ ਪੀਣ ਦਾ ਕੋਈ ਪਾਬੰਦ ਨਹੀਂ ਹੈ। ਹਾਂਜੀ, ਅਤੇ ਤੁਸੀਂ ਭਾਅ ਜੀ ਕਿੱਥੋਂ? ਮੈਂ ਵੀ ਭਾਅ ਜੀ ਤਰਨ ਤਾਰਨ ਤੋਂ। ਹਾਂਜੀ, ਲੰਟੀ ਦੇ ਵਿੱਚ ਕੰਮ ਕਰਦੇ ਸੀ, ਕੰਪਨੀ ਬੰਦ ਹੋ ਗਈ ਆ, ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਰੁਕੇ ਹੋਏ ਹਾਂ ਇੱਥੇ। ਕਿੰਨੇ ਦਿਨ ਹੋ ਗਏ ਤੁਹਾਨੂੰ? ਅਸੀਂ ਕਾਫੀ 21 ਦਿਨ, ਮਤਲਬ ਕਿ 21 ਤਰੀਕ ਦੇ। ਹਾਂਜੀ ਹਾਂਜੀ। ਅਤੇ ਬਾਕੀ ਤੁਹਾਡੇ ਨਾਲ ਹੋਰ ਕਿੰਨੇ ਕੁ ਮੁੰਡੇ ਪੰਜਾਬ ਦੇ ਉੱਥੇ ਸੀਗੇ? ਪੰਜਾਬ ਦੇ ਮੁੰਡੇ ਕਾਫੀ ਕੰਮ ਕਰਦੇ ਸੀ, ਮਤਲਬ ਕਿ ਇੱਦਾਂ ਹੀ ਉਹ ਵੀ ਫਸੇ ਹੋਏ, ਕੋਈ ਕਿਤੇ ਕੋਈ ਕਿਤੇ। ਹਾਂਜੀ ਹਾਂਜੀ, ਤੁਸੀਂ ਇੱਥੇ ਆ ਗਏ? ਹਾਂਜੀ, ਅਸੀਂ ਗੁਰਦੁਆਰਾ ਸਾਹਿਬ ਰੁਕੇ ਹੋਏ ਹਾਂ ਜੀ। ਹਾਂਜੀ, ਘਰ ਵਾਲੇ ਨਾਲ ਗੱਲਬਾਤ ਹੋਈ? ਘਰ ਵਾਲੇ ਕੀ ਕਹਿੰਦੇ, ਉਹ ਵੀ ਪਰੇਸ਼ਾਨ ਹੋਣੇ? ਹਾਂਜੀ ਪਰੇਸ਼ਾਨ, ਮਤਲਬ ਕਿ ਇੱਦਾਂ ਕੋਈ ਸਾਧਨ ਮਿਲੇ ਤਾਂ ਫਿਰ ਹੀ ਜਾ ਸਕਦੇ ਹਾਂ ਜੀ। ਹਾਂਜੀ, ਤੁਸੀਂ ਕਿੱਥੋਂ ਜੀ? ਜੀ ਮੈਂ ਬਟਾਲੇ ਤੋਂ ਜੀ। ਘਰ ਵਾਲਿਆਂ ਨਾਲ ਗੱਲਬਾਤ ਹੋ ਰਹੀ ਹੈ? ਘਰ ਵਾਲਿਆਂ ਨਾਲ ਤਾਂ ਹੋ ਰਹੀ ਜੀ। ਕੀ ਕਹਿੰਦੇ, ਘਬਰਾਏ ਹੋਏ ਤਾਂ? ਕਹਿੰਦੇ ਅਗਰ ਉਹ ਚਲੇ ਗਏ ਬਸ ਤੋਂ ਆ ਜਾਣਾ, ਨਹੀਂ ਤਾਂ ਸੇਵ ਰਹਿਣਾ ਵਹੀਂ ਪੇ। ਹਾਂਜੀ, ਘਰ ਪੇ ਰਹਿਣਾ। ਕੰਪਨੀ 'ਚ ਕੰਮ ਕਰਦੇ ਜੀ? ਹਾਂਜੀ, ਕੰਪਨੀ 'ਚ ਜੀ। ਅੱਛਾ, ਕਿੰਨੇ ਟਾਈਮ ਦਿੱਲੀ 'ਚ, ਕਿੰਨਾ ਟਾਈਮ ਹੋ ਗਿਆ? ਦਿੱਲੀ ਜੀ 3 ਮਹੀਨੇ ਹੋ ਗਿਆ ਮੈਂ। ਅੱਛਾ ਹਾਂਜੀ। ਅਤੇ ਸਮਾਨ ਪਾਣੀ ਰੂਮ ਵਗੈਰਾ 'ਚ ਰੱਖਿਆ ਹੋਇਆ ਕਿ ਨਾਲ ਲਿਆਏ? ਨਹੀਂ ਜੀ, ਜਬ ਤੱਕ ਥਾ ਵੋ ਤੋ ਤਬ ਤੱਕ ਜੋ ਚਲਾਇਆ ਥਾ, ਅਭੀ ਪਰੇਸ਼ਾਨ ਹੋ ਗਏ ਥੇ, ਤਭੀ ਹਮੇ ਪ੍ਰਧਾਨ ਸਾਹਿਬ ਜੀ ਸੇ ਮਦਦ ਮਿਲੀ ਹੈ, ਔਰ ਉਹਨਾਂ ਹਮੇ ਰਿਹਾਇਸ਼ ਦੀ ਹੈ ਜਾਂ ਲੰਗਰ ਪਾਣੀ ਕਾ ਪ੍ਰਬੰਧ ਕੀਆ ਹੈ, ਉਨਕਾ ਬਹੁਤ ਬਹੁਤ ਥੈਂਕਸ ਜੀ। ਸਰਕਾਰ ਤੋਂ ਹੁਣ ਮੰਗ ਕਰਦੇ ਕਿ ਬੱਸਾਂ ਤੁਹਾਨੂੰ ਛੱਡ ਕੇ ਆਉਣ, ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਬੰਧਕ ਕਮੇਟੀ ਵੱਲੋਂ? ਹਾਂਜੀ ਹਾਂਜੀ, ਕੁਛ ਬੋਲਿਆ ਇਹਨਾਂ ਨੇ ਬੱਸਾਂ ਆਉਣਗੀਆਂ? ਕਹਿੰਦੇ ਆ ਸ਼ਾਮ ਤੱਕ ਆ ਜਾਣਗੀਆਂ। ਹਾਂਜੀ ਭਾਈ, ਤੁਸੀਂ ਕਿੱਥੋਂ? ਉੱਧਰ ਕਰ ਲਓ ਗੱਲ। ਤੁਸੀਂ ਕਿੱਥੋਂ? ਅਸੀਂ ਬਟਾਲੇ ਤੋਂ ਜੀ। ਤੁਸੀਂ ਵੀ ਕੰਪਨੀ 'ਚ ਕੰਮ ਕਰਦੇ? ਹਾਂਜੀ ਹਾਂਜੀ। ਅਤੇ ਫਿਰ ਰੋਟੀ ਪਾਣੀ ਇੱਥੇ ਵਿਵਸਥਾ? ਹਾਂਜੀ ਹਾਂਜੀ ਹਾਂਜੀ। ਬਿਲਕੁਲ, ਇਹ ਜਿਹੜੇ ਨੇ ਕੁਛ ਜਿਹੜੇ ਸ਼ਖਸੀਅਤਾਂ ਨੇ, ਇਹ ਜਿਹੜੇ ਇੱਥੇ ਮੌਜੂਦ ਨੇ, ਇਹ ਫਸੇ ਹੋਏ ਨੇ ਸਾਰੇ ਇੱਥੇ, ਅਤੇ ਮੈਨੇਜਮੈਂਟ ਦੇ ਵੀ ਇੱਥੇ ਲੋਕ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਰੇ, ਕਿੰਨਾ ਟਾਈਮ ਹੋ ਗਿਆ ਮੁੰਡੇ ਤੁਹਾਨੂੰ, ਕਦੋਂ ਪਤਾ ਲੱਗਾ ਇੱਥੇ ਆਏ? ਅੱਜ ਸਵੇਰੇ। ਇਹ ਤਕਰੀਬਨ ਅੱਜ ਹੀ ਆਏ ਨੇ ਮੁੰਡੇ, ਅਤੇ ਜਿਹੜੇ ਪਹਿਲਾਂ ਮੌਜੂਦ ਸੀਗੇ ਉਹ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਡੀ ਆਈ ਸੀ 2-3, ਉਹਨਾਂ ਦੇ ਵਿੱਚ ਬਹੁਤ ਲੋਕ ਦਿੱਲੀ ਤੋਂ ਅਤੇ ਇੱਥੋਂ ਗੁਰਦੁਆਰੇ ਤੋਂ ਵੀ ਭੇਜੇ ਗਏ ਨੇ ਅੰਮ੍ਰਿਤਸਰ ਨੂੰ। ਹੋਰ ਇੱਧਰ ਮਹਾਰਾਸ਼ਟਰ ਦੇ ਬੰਬੇ ਦੇ ਵੀ 2-4 ਨੌਜਵਾਨ ਜਿਹੜੇ ਸਨ, ਉਹਨਾਂ ਨੂੰ ਭੇਜ ਦਿੱਤਾ ਗਿਆ ਸੀ। 4 ਲੋਕ ਹੋਰ ਬੰਬੇ ਦੇ ਇੱਥੇ ਨੇ, ਸਾਡੇ ਕੋਲ ਮੌਜੂਦ ਨੇ, ਜਿਸ ਤਰ੍ਹਾਂ ਹੀ ਪ੍ਰਬੰਧ ਹੋਇਆ ਉਹਨਾਂ ਨੂੰ ਵੀ ਭੇਜਿਆ ਜਾਏਗਾ। ਔਰ ਜਿਸ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਵੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਕੋਈ ਰੇਲਵੇ ਸਟੇਸ਼ਨ 'ਤੇ ਜਾਂ ਬੱਸ ਸਟੈਂਡ 'ਤੇ ਕੋਈ ਫਸਿਆ ਹੋਇਆ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰੇ, ਦਿੱਲੀ ਕਮੇਟੀ ਦੀ ਗੱਡੀ ਜਾ ਕੇ ਉਹਨਾਂ ਨੂੰ ਆਪ ਲੈ ਕੇ ਆਵੇਗੀ। ਮੈਨੂੰ ਇਹ ਦੱਸੋ, ਕਿਹੜੇ ਕਿਹੜੇ ਇਲਾਕਿਆਂ 'ਤੇ ਇੰਡੀਆ ਦੇ ਵਿੱਚ ਇੱਥੇ ਮੁੰਡੇ ਫਸੇ ਹੋਏ ਸੀ, ਤੁਹਾਨੂੰ ਮਦਦ ਲੈ ਰਹੇ? ਸਰ, ਸਾਡੇ ਕੋਲੋਂ ਪੰਜਾਬ ਤੋਂ, ਰਾਜਸਥਾਨ 'ਚ ਅਲਵਰ ਤੋਂ ਹੈਗੇ ਨੇ ਮੁੰਡੇ, ਇਹ ਜੋਧਪੁਰ ਤੋਂ ਨੇ ਬੱਚੇ, ਉਹ ਜਿਹੜੇ ਸਾਹਮਣੇ ਗੱਲਾਂ ਕਰਦੇ ਪਏ ਨੇ, ਹੋਰ ਮਹਾਰਾਸ਼ਟਰ ਤੋਂ, ਕਾਫੀ ਸਟੇਟਾਂ ਤੋਂ ਜਿਹੜੇ ਲੋਕ ਫਸੇ ਨੇ। ਬਾਕੀ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਜੀ, ਜਨਰਲ ਸੈਕਟਰੀ ਸਾਹਿਬ ਨੇ ਸਾਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਆਪਣੀਆਂ ਗੱਡੀਆਂ ਲੈ ਕੇ ਅਸੀਂ ਉਹਨਾਂ ਨੂੰ ਲੈ ਕੇ ਵੀ ਆ ਰਹੇ ਹਾਂ ਜਾ ਕੇ, ਔਰ ਇੱਥੇ ਰਹਿਣ ਸਹਿਣ ਦਾ ਬਹੁਤ ਸੋਹਣਾ ਇੰਤਜ਼ਾਮ ਕੀਤਾ ਉਹਨਾਂ ਨੇ, ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਸਾਡੇ ਵੱਲੋਂ ਪ੍ਰਬੰਧ ਵੱਲੋਂ ਕੋਈ ਕਮੀ ਨਹੀਂ ਹੈਗੀ ਇਹਨਾਂ ਦੇ ਪ੍ਰਬੰਧ 'ਚ। ਬਿਲਕੁਲ, ਕੁਛ ਜਿਹੜੇ ਨੇ ਪੰਜਾਬ ਦੇ ਇਲਾਵਾ ਰਾਜਸਥਾਨ ਤੋਂ ਵੀ ਆਏ ਨੇ, ਉਹਨਾਂ ਨਾਲ ਗੱਲਬਾਤ। ਆਪ ਕਹਾਂ ਸੇ ਆਏ ਆਂਟੀ ਜੀ? ਮੈਂ ਮਹਾਰਾਸ਼ਟਰ ਹੂੰ। ਹਾਂਜੀ, ਦਿੱਲੀ ਘੁੰਮਣ ਆਏ ਥੇ ਆਪ? ਨਹੀਂ, ਹਮ ਤੋ ਅੰਮ੍ਰਿਤਸਰ ਗਏ ਥੇ ਦਰਸ਼ਨ ਕੇ ਲੀਏ, ਵਹਾਂ ਬੰਦ ਹੋ ਗਈ ਟ੍ਰੇਨ, ਤੋ ਉਹਨਾਂ ਨੇ ਲਾ ਕੇ ਇੱਧਰ ਛੋੜਾ ਹੈ, ਇਹਨਾਂ ਨੇ ਫਿਰ ਹਮੇ ਰਹਿਣੇ ਕੇ ਲੀਏ ਜਗ੍ਹਾ ਦੀ ਹੈ, ਜਬ ਚਾਲੂ ਹੋਗਾ ਤੋ ਮੁੰਬਈ ਵੀ ਭੇਜਣੇ ਕਾ ਬੰਦੋਬਸਤ ਕਰ ਦੇਂਗੇ, ਇਸ ਕੇ ਲੀਏ ਹਮ ਲੋਕੋ ਕੋ ਇੱਧਰ ਠਹਿਰਾਇਆ ਗਿਆ ਹੈ। ਤੋ ਯਹਾਂ ਕੋਈ ਪਰੇਸ਼ਾਨੀ ਨਹੀਂ? ਕੁਛ ਵੀ ਪਰੇਸ਼ਾਨੀ ਨਹੀਂ ਹੈ, ਬਹੁਤ ਅੱਛੇ ਸੇ ਆਏ ਥੇ। ਆਪ ਕਹਾਂ ਸੇ ਸਰ? ਸਰ, ਹਮ ਵੀ ਰਾਜਸਥਾਨ ਅੰਮ੍ਰਿਤਸਰ ਗਏ ਹੋਏ ਥੇ, ਤੋ ਫਸ ਗਏ ਥੇ, ਹਮ ਇਨਕੇ ਸਾਥ ਇਕੱਠੇ ਹੀ ਆਏ ਥੇ। ਅੱਛਾ, ਇਕੱਠੇ ਆਏ ਥੇ, ਯਹਾਂ ਤੱਕ ਪਹੁੰਚ ਗਏ, ਯਹਾਂ ਕੇ ਆਗੇ ਫਿਰ? ਐਕਚੁਅਲੀ ਹਮੇ ਕੋਟਾ ਜਾਣਾ ਥਾ, ਤੋ ਵਹਾਂ ਸੇ ਉਹਨਾਂ ਨੇ ਯਹਾਂ ਪੇ ਲਾ ਕੇ ਰੱਖਾ ਹੈ, ਔਰ ਆਗੇ ਕੋਈ ਫੈਸਿਲਿਟੀ ਨਹੀਂ ਹੈ, ਕੋਈ ਕਨਵੈਂਸ ਨਹੀਂ ਹੈ, ਤੋ ਹਮੇ ਯਹਾਂ ਪੇ ਉਹਨਾਂ ਨੇ ਰੱਖਾ ਹੁਆ ਹੈ, ਔਰ ਹਮਾਰੀ ਸਾਰੀ ਸੁਵਿਧਾਏ ਮਤਲਬ ਇਹਨਾਂ ਨੇ ਕਰ ਅਰੇਂਜ ਕਰ। ਪਰਿਵਾਰ ਵਾਲੇ ਵਹਾਂ ਕੋਟਾ ਮੈਂ ਕਿ? ਪਰਿਵਾਰ ਵਾਲੇ ਸਰ ਕੋਟਾ ਮੈਂ ਹੈ। ਬਾਤ ਹੋ ਰਹੀ ਹੈ ਉਨਸੇ? ਹਾਂਜੀ, ਬਾਤ ਹੋ ਰਹੀ ਹੈ, ਲੇਕਿਨ ਕਨਵੈਂਸ ਨਹੀਂ ਮਿਲ ਰਹੀ ਸਰ ਜਾਣੇ ਕੇ ਲਈ। ਉਹ ਵੀ ਘਬਰਾਏ ਹੋਣਗੇ? ਹਾਂਜੀ, ਘਬਰਾਏ ਹੋਏ ਸਰ, ਇਹਨਾਂ ਦੇ ਬਾਕੀ ਬਹੁਤ ਸਹਿਯੋਗ ਦੀ ਹੈ ਕਮੇਟੀ ਵਾਲੋਂ ਨੇ। ਆਪਕੇ ਪਰਿਵਾਰ ਵਾਲੇ ਸਾਥ ਮੈਂ ਕਿ ਵੋ? ਸਾਥ ਮੈਂ, ਹਮ ਲੋਕ, ਹਮਾਰੀ ਫੈਮਿਲੀ।
ਇਹ ਫੈਮਲੀਜ਼ ਨੇ ਜਿਹੜੀਆਂ ਕਿ ਦਿੱਲੀ ਦੇ ਵਿੱਚ ਸੀਗੀਆਂ ਜਦੋਂ ਲੋਕਡਾਊਨ ਦਾ ਐਲਾਨ ਹੋਇਆ, ਟਰਾਂਸਪੋਰਟ ਕੋਈ ਨਹੀਂ ਮਿਲੀ, ਉੱਥੇ ਹੀ ਫਸ ਗਏ ਮੁੰਡੇ ਕੁਛ ਨੇ ਜਿਹੜੇ ਕੰਪਨੀ ਦੇ ਵਿੱਚ ਕੰਮ ਕਰਦੇ ਸੀਗੇ ਅਤੇ ਦਿੱਲੀ ਦੇ ਵਿੱਚ। ਹਾਲਾਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਸਾਂ ਭੇਜਣ ਦੀ ਗੱਲ ਹੋ ਰਹੀ ਹੈ ਅਤੇ ਬੜੀ ਛੇਤੀ ਇਹਨਾਂ ਨੂੰ ਇੱਥੋਂ ਪੰਜਾਬ ਦੇ ਵਿੱਚ ਲਿਆਇਆ ਜਾਵੇਗਾ, ਕਿਉਂਕਿ ਵਿੱਚ ਹਰਿਆਣਾ ਦਾ ਬਾਰਡਰ ਵੀ ਆਉਂਦਾ ਹੈ, ਦਿੱਲੀ ਦਾ ਵੀ ਪਾਰ ਕਰਕੇ ਜਾਣਾ, ਤਾਂ ਦੋ ਤਿੰਨ ਸਟੇਟਾਂ ਤੋਂ ਮਨਜ਼ੂਰੀ ਲੈ ਕੇ ਹੀ ਇਹਨਾਂ ਨੂੰ ਵਾਪਸ ਭੇਜਿਆ ਜਾਵੇਗਾ ਅਤੇ ਬੜੀ ਛੇਤੀ ਉਹ ਪ੍ਰੋਸੈਸ ਜਿਹੜੀ ਸ਼ੁਰੂ ਹੋ ਜਾਵੇਗੀ। ਦਿੱਲੀ ਤੋਂ ਕੈਮਰਾ ਲਕਸ਼ਣ ਨਾਲ ਨਿਤਿਨ ਨਿਵਾਨ, ਦੈਨਿਕ ਸਵੇਰਾ ਟੀਵੀ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed mobile 84374 94647 84374 94648।